ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਪਤਲਾ ਜਲਕ ਤੇਰਾ ਲੱਕ ਨੂੰ ਸੰਭਾਲ ਲੇ ਉਹਨੂੰ ਨਾ ਮਿਲੇ ਇਹਨੇ ਲੱਕ ਦੀ ਕਮਾਲ ਲੇ ਪਤਲਾ ਜਲਕ ਤੇਰਾ ਲੱਕ ਮੁਝੇ ਦੇ ਦੇ ਲਵ ਡੋਸ ਤੂੰ ਆ ਜਾ ਮੇਰੇ ਕੋਲ ਮਿਲਤਾ ਨਾ ਮੌਕਾ ਰੋਜ਼ ਆ ਵਾਂਟ ਯੂ ਮਾ ਬੇਬੀ ਮੁਝੇ ਦੇ ਦੇ ਲਵ ਡੋਸ ਰੋਸ਼ਨ ਚਿਹਰਾ ਬਾਲੋ ਕਾ ਰੰਗ ਸੁਨਹਿਰਾ ਕੈਸੇ ਦੇਖੂੰ ਤੇਰੀ ਆਂਖੇ ਆਂਖੋਂ ਪੇ ਚਸ਼ਮੇ ਕਾ ਪਹਿਰਾ ਯੇ ਚਾਂਦ ਸਾ ਰੋਸ਼ਨ ਚਿਹਰਾ ਬਾਲੋ ਕਾ ਰੰਗ ਸੁਨਹਿਰਾ ਕੈਸੇ ਦੇਖੂੰ ਤੇਰੀ ਆਂਖੇ ਆਂਖੋਂ ਪੇ ਚਸ਼ਮੇ ਕਾ ਪਹਿਰਾ ਚਸ਼ਮੇ ਕੋ ਹਟਾ ਲੋ ਆਂਖੋਂ ਕੋ ਮਿਲਾ ਲੋ ਆਂਖੋਂ ਕੇ ਨਸ਼ੀਲੇ ਜਾਮ ਆਂਖੋਂ ਸੇ ਪਿਲਾ ਲੋ ਲਗਤਾ ਹਮ ਪਹਿਲੇ ਕਹੀਂ ਮਿਲੇ ਯਾ ਹੋ ਮੁਝ ਦੇ ਜਾਵੂ ਇਧਰ ਉਧਰ ਕਹਾਂ ਦੇਖੀ ਗਲਾਂ ਸੋਖੀ ਸੁਝੀ ਅਬ ਆਂਖੋਂ ਸੇ ਹਟਾਇਆ ਚਸ਼ਮਾ ਆਂਖੇ ਤੋਂ ਮਿਲਾਓ ਜੀ ਦੁਨੀਆ ਵਾਲੇ ਜੋ ਵੀ ਬੋਲੇ ਹਮਸੇ ਨਾ ਸ਼ਰਮਾਓ ਜੀ ਅਬ ਫੋਨ ਕੋ ਉਠਾਓ ਜੀ ਔਰ ਡੈਡੀ ਕੋ ਮਿਲਾਓ ਜੀ ਉਨਕੇ ਫਿਊਚਰ ਸਨ ਇਨ ਲੋ ਕੀ ਬਾਤ ਉਨਸੇ ਕਰਵਾਓ ਜੀ ਹੈਲੋ ਅੰਕਲ ਨਮਸਤੇ ਚਲੋ ਕਾਮ ਕੀ ਬਾਤ ਪੇ ਆਤੇ ਹੈ ਅਬ ਆਪ ਯੇ ਪੂਛੇਂਗੇ ਕਿ ਆਪ ਕਿਤਨੇ ਪੈਸੇ ਕਮਾਤੇ ਹੈ ਬਸ ਜਿਤਨਾ ਆਪਕੀ ਬੇਟੀ ਇੱਕ ਮਹੀਨੇ ਮੇ ਉਡਾਤੀ ਹੈ ਏਕ ਹਫਤੇ ਮੇ ਮੇਰੀ ਗਾੜੀ ਉਤਨਾ ਤੇਲ ਖਾਤੀ ਹੈ ਘਰ ਹੈ ਪੈਸਾ ਹੈ ਗਾੜੀ ਆਪ ਦੋ ਜੋੜੋ ਮੇ ਲੜਕੀ ਭੇਜੋ ਲੜਕੀ ਹੋਈ ਹਮਾਰੀ ਅੰਕਲ ਘਰ ਹੈ ਪੈਸਾ ਹੈ ਗਾੜੀ ਆਪ ਦੋ ਜੋੜੋ ਮੇ ਲੜਕੀ ਭੇਜੋ ਲੜਕੀ ਹੋਈ ਹਮਾਰੀ ਓਕੇ ਬਾਈ ਲੱਗਦੀ ਆ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ ਲੱਗਦੀ ਆ ਮੈਨੂੰ